वर्ल्ड विच एक गुरु रामदास दा घर है जिथे दोवे भोजन मिलते है 24 घंटे गज के आखो सा आत्मा दा भोजन कीर्तन पेट दा भोजन मेनू आवाजा लै गया सी दुबई बड़ी वड्डी बिल्डिंग है जी बुर्ज खलीफा पुछो कोई ना किन्नी लाइट मैं 250-300 मंजिल तां दूरों कहते ये साढ़े दुबई की सौगात है अमरीका गए हैं बड़िया नवेकलिया एक गल दिमाग रखो सारे संसार विच नेकां बिल्डिंगां ने नेकां वड्डियां वड्डियां पर सारे संसार च एक गुरु रामदास दा घर है जिहदे बणन वेले निरंकार ने मनुख दा रूप धार के आप सिर ते टोकरी चुकी एक गुरु रामदास तुसीं उहदे बच्चे मैनूं कहना ते नहीं चाहीदा हो सके दरबार साहिब रोज जाया जे रोज एवें एक दिन छड़ के चल ज्यादा रजे मैं हफ्ते दो बारी चल जो पर सच कहना जे इस तो वड्डा कुछ नहीं जे धरती ते आखो सतनाम हरी पकड़ तो रह गुरु रामदास पकड़ तो रह जे तुसी उना दे सिख हो असी उना दी रीस नहीं कर सकते पर 10 पैसे 20 पैसे पकड़ तो रह तो ही है आखो सतनाम किते फैमिली तुहाडी दो भरावां दी वंड होई है 40-50 लाख उहनूं जा रहा 40-50 लाख उहनूं जा रहा है ਵਿੱਚ ਕਿਤੇ 2-4-5 ਲੱਖ ਦਾ ਕੋਈ ਮਸਲਾ ਬਣ ਗਿਆ 10-20 ਪੈਸੇ ਜ਼ਿੰਦਗੀ ਵਿੱਚ ਇਹ ਸੁਭਾਅ ਰੱਖਿਓ ਪਕੜ ਤੋਂ ਰਹਿਤ ਦਾ ਜੇ ਭਰਾ ਨੂੰ 4-5 ਲੱਖ ਵੱਧ ਜਾਂਦਾ ਝਗੜਾ ਪਾਉਣ ਨਾਲ ਮਾਂ ਦਾ ਹਿਰਦਾ ਦੁਖਦਾ ਵੱਡਿਆਂ ਦਾ ਹਿਰਦਾ ਦੁਖਦਾ ਹੋਰ ਹਿਰਦੇ ਦੁਖਦੇ ਆ ਉਹਨੂੰ ਵੱਧ ਜਾਂਦਾ ਤੇ ਜਾਣ ਦੇਣਾ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ 2 ਸਾਲ 2 ਸਾਲ 'ਚ ਗੁਰੂ ਰਾਮਦਾਸ ਦੂਣੇ ਭੇਜਣਗੇ ਇਹ ਮੇਰੀਆਂ ਦੀਆਂ ਦੇ ਮਗਰ ਚਲੇ ਜਾ ਅਸੀਂ ਰੀਸ ਨਹੀਂ ਕਰ ਸਕਦੇ ਪਰ ਜੇ ਕਥਾ ਸੁਣੀਏ ਉਹਨੂੰ ਥੋੜਾ ਜਿਹਾ ਢਾਲੀਏ ਕਈ ਜਗਣਾ ਤੇ ਮੈਂ ਨਾਂ ਨਹੀਂ ਲੈਣਾ ਤੁਹਾਡੇ ਅੰਮ੍ਰਿਤਸਰ ਦੇ 2 ਭਰਾ ਜੀ ਪਿਓ ਨੇ ਜੀਂਦਿਆਂ 20 ਕਰੋੜ ਦੀ ਜਗ੍ਹਾ ਇੱਕ ਨੂੰ 20 ਕਰੋੜ ਦੀ ਇੱਕ ਨੂੰ ਲਿਖਦੇ ਬਿੱਲ ਕਰਦੀ ਸਭ ਕੁਝ ਰਜਿਸਟਰੀਆਂ ਕਰਦੀ ਉਸ ਤੋਂ ਬਾਅਦ ਚੋਲਾ ਬਦਲ ਗਿਆ ਪਿਆ ਤੇ ਯਕੀਨ ਜਾਣਿਓ ਇੱਧਰ ਇੱਕ ਭਰਾ ਦੀ ਜਗ੍ਹਾ ਇੱਕ ਇੱਧਰ ਹੈ ਤੇ ਵਿੱਚੋਂ ਸਿਰਫ ਫੁੱਟ ਦਾ ਰਾਹ ਹੈ ਇੱਕ ਫੁੱਟ ਦਾ ਰਾਹ ਹੈ ਉਹ ਫੁੱਟ ਦਾ ਰਾਹ ਉਹ ਕਹਿੰਦਾ ਮੇਰਾ ਹੈ ਉਹ ਕਹਿੰਦਾ ਮੇਰਾ ਹੈ ਅੱਜ 20 ਸਾਲ ਹੋ ਗਏ ਮੇਰੇ ਕੋਲ ਡਰੈਸ ਲੈ ਸਕਦੇ ਹੋ 20 ਸਾਲ ਹੋ ਗਏ ਦੋਵਾਂ ਨੂੰ ਕਚਹਿਰੀਆਂ 'ਚ ਟੱਕਰਾਂ ਖਾਂਦਿਆਂ ਤੇ ਹਿਰਦਾ ਕਿਹਦਾ ਸਭ ਤੋਂ ਜ਼ਿਆਦਾ ਦੁਖਦਾ ਮਾਂ ਦਾ ਆਖੋ ਸਤਨਾਮ ਮਾਂ ਜਿੰਦੀ ਹੈ ਹਿਰਦਾ ਮਾਂ ਦਾ ਦੁੱਖ ਉਹ ਮੈਨੂੰ ਫੋਨ ਕਰਦੇ ਆ ਜੀ ਅੱਜ ਤਰੀਕ ਹੀ ਹੁਣ ਦੋਵਾਂ ਨੇ ਲੜਨਾ ਹੀ ਕਚਹਿਰੀ ਆਖੋ ਸਤ ਇਹ ਗੁਰੂ ਰਾਮਦਾਸ ਜੀ ਦੇ ਬੱਚੇ ਬੱਚੀਆਂ ਹੋ ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ 10-20 ਪੈਸੇ ਪਕੜ ਤੋਂ ਰਹਿਤ ਹੋਈਏ ਇਹੋ ਜਿਹੇ ਘਰੇਲੂ ਜਾਂ ਹੋਰ ਜਗ੍ਹਾ ਤੇ ਕਿਸੇ ਨੂੰ ਕੁਝ ਵੱਧ ਜਾਂਦਾ ਰਹਿ ਧੋ ਕੇ ਵਿਖਾ ਗੁਰੂ ਚੌਗਣੇ ਭੇਜੇਗਾ ਆਖੋ ਸਤਨਾਮ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਦਿਓ ਸੀਸਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।